आप अपने हिसाब से कितने आदमी चाहिए आपको उस हिसाब से ज्यादा लोग। हां लव यू। ਬੋਰਵੈਲ 'ਚ ਫਸੀ ਇੱਕ ਹੋਰ ਮਾਸੂਮ ਬੱਚੀ ਦੀ ਜ਼ਿੰਦਗੀ ਤਾਂ ਦੱਸਦੀ ਹੈ ਕਿ ਵੱਡਾ ਹਾਦਸਾ ਹੋਇਆ ਹੈ ਜਿੱਥੇ ਬੋਰਵੈਲ ਦੇ ਵਿੱਚ ਇੱਕ ਹੋਰ ਮਾਸੂਮ ਬੱਚੀ ਫਸ ਗਈ ਹੈ ਜਿਸ ਦੀ ਉਮਰ 1.5 ਸਾਲ ਦੱਸੀ ਜਾ ਰਹੀ ਹੈ ਤਾਂ ਪਿਛਲੇ 14 ਘੰਟਿਆਂ ਤੋਂ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਪਰ ਹਾਲੇ ਵੀ ਬੱਚੀ ਉਸਦੇ ਵਿੱਚ ਹੀ ਫਸੀ ਹੋਈ ਹੈ ਤਾਂ ਦੱਸਦੀ ਹੈ ਕਿ ਮੌਕੇ 'ਤੇ NDRF ਦੀ ਟੀਮ ਵੀ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਇਸ ਬੱਚੀ ਨੂੰ ਬਾਹਰ ਕੱਢਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ NDRF ਤੋਂ ਇਲਾਵਾ SDRF ਅਤੇ ਦੇਸੀ ਜੁਗਾੜ ਵਾਲੇ ਵੀ ਮੌਕੇ 'ਤੇ ਪਹੁੰਚੇ ਨੇ ਪਰ ਹਾਲੇ ਤੱਕ ਕੋਈ ਵੀ ਤਰੀਕਾ ਕੰਮ ਨਹੀਂ ਆਇਆ ਅਤੇ ਬੱਚੀ ਇਸ ਬੋਰਵੈਲ ਦੇ ਵਿੱਚ ਅਟਕੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਬੋਰਵੈਲ ਦੀ ਡੂੰਘਾਈ 60 ਫੁੱਟ ਦੱਸੀ ਜਾ ਰਹੀ ਹੈ ਜਦਕਿ ਇਹ ਬੱਚੀ 30 ਫੁੱਟ 'ਤੇ ਜਾ ਕੇ ਅਟਕ ਗਈ ਹੈ ਤਾਂ ਲਗਾਤਾਰ ਇਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਰਾਜਸਥਾਨ ਦੇ ਵਿੱਚ ਹੋਈ ਹੈ ਜਿੱਥੇ ਸ਼ਾਮ ਦੇ ਕਰੀਬ 5 ਵਜੇ ਬੱਚੀ ਬੋਰਵੈਲ ਦੇ ਨਜ਼ਦੀਕ ਖੇਡ ਰਹੀ ਸੀ ਤਾਂ ਮੀਂਹ ਦੇ ਕਾਰਨ ਉੱਥੇ ਮਿੱਟੀ ਥੋੜ੍ਹੀ ਨਰਮ ਸੀ ਜਿਸ ਦੇ ਕਰਕੇ ਬੱਚੀ ਦਾ ਪੈਰ ਫਿਸਲ ਜਾਂਦਾ ਹੈ ਅਤੇ ਉਹ ਬੋਰਵੈਲ ਦੇ ਵਿੱਚ ਡਿੱਗ ਜਾਂਦੀ ਹੈ ਤਾਂ 30 ਫੁੱਟ ਦੀ ਡੂੰਘਾਈ 'ਤੇ ਆ ਕੇ ਬੱਚੀ ਅੜਕ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਇਸਦਾ ਰੈਸਕਿਊ ਕੀਤਾ ਜਾ ਰਿਹਾ ਪਰ ਹਾਲੇ ਤੱਕ ਇਸ ਨੂੰ ਬਾਹਰ ਨਹੀਂ ਕੱਢਿਆ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸਦੀਏ ਕਿ ਖੇਡਦੇ ਸਮੇਂ ਬੱਚੀ ਬੋਰਵੈਲ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ 'ਤੇ NDRF SDRF ਅਤੇ ਦੇਸੀ ਜੁਗਾੜ ਵਾਲੇ ਵੀ ਪਹੁੰਚੇ ਨੇ ਪਰ ਹਾਲੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਇਸ ਬੱਚੀ ਨੂੰ ਬਾਹਰ ਨਹੀਂ ਕੱਢਿਆ ਗਿਆ ਤਾਂ ਲਗਾਤਾਰ ਇਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਬੋਰਵੈਲ 'ਚ ਫਸੀ ਇੱਕ ਹੋਰ ਮਾਸੂਮ ਬੱਚੀ ਦੀ ਜ਼ਿੰਦਗੀ ਤਾਂ ਦੱਸਦੀ ਹੈ ਕਿ ਵੱਡਾ ਹਾਦਸਾ ਹੋਇਆ ਹੈ ਜਿੱਥੇ ਬੋਰਵੈਲ ਦੇ ਵਿੱਚ ਇੱਕ ਹੋਰ ਮਾਸੂਮ ਬੱਚੀ ਫਸ ਗਈ ਹੈ ਜਿਸ ਦੀ ਉਮਰ 1.5 ਸਾਲ ਦੱਸੀ ਜਾ ਰਹੀ ਹੈ ਤਾਂ ਪਿਛਲੇ 14 ਘੰਟਿਆਂ ਤੋਂ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਪਰ ਹਾਲੇ ਵੀ ਬੱਚੀ ਉਸਦੇ ਵਿੱਚ ਹੀ ਫਸੀ ਹੋਈ ਹੈ ਤਾਂ ਦੱਸਦੀਏ ਕਿ ਮੌਕੇ 'ਤੇ NDRF ਦੀ ਟੀਮ ਵੀ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਇਸ ਬੱਚੀ ਨੂੰ ਬਾਹਰ ਕੱਢਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ NDRF ਤੋਂ ਇਲਾਵਾ SDRF ਅਤੇ ਦੇਸੀ ਜੁਗਾੜ ਵਾਲੇ ਵੀ ਮੌਕੇ 'ਤੇ ਪਹੁੰਚੇ ਨੇ ਪਰ ਹਾਲੇ ਤੱਕ ਕੋਈ ਵੀ ਤਰੀਕਾ ਕੰਮ ਨਹੀਂ ਆਇਆ ਅਤੇ ਬੱਚੀ ਇਸ ਬੋਰਵੈਲ ਦੇ ਵਿੱਚ ਅਟਕੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਬੋਰਵੈਲ ਦੀ ਡੂੰਘਾਈ 60 ਫੁੱਟ ਦੱਸੀ ਜਾ ਰਹੀ ਹੈ ਜਦਕਿ ਇਹ ਬੱਚੀ 30 ਫੁੱਟ 'ਤੇ ਜਾ ਕੇ ਅਟਕ ਗਈ ਹੈ ਤਾਂ ਲਗਾਤਾਰ ਇਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਰਾਜਸਥਾਨ ਦੇ ਵਿੱਚ ਹੋਈ ਹੈ ਜਿੱਥੇ ਸ਼ਾਮ ਦੇ ਕਰੀਬ 5 ਵਜੇ ਬੱਚੀ ਬੋਰਵੈਲ ਦੇ ਨਜ਼ਦੀਕ ਖੇਡ ਰਹੀ ਸੀ ਤਾਂ ਮੀਂਹ ਦੇ ਕਾਰਨ ਉੱਥੇ ਮਿੱਟੀ ਥੋੜ੍ਹੀ ਨਰਮ ਸੀ ਜਿਸ ਦੇ ਕਰਕੇ ਬੱਚੀ ਦਾ ਪੈਰ ਫਿਸਲ ਜਾਂਦਾ ਹੈ ਅਤੇ ਉਹ ਬੋਰਵੈਲ ਦੇ ਵਿੱਚ ਡਿੱਗ ਜਾਂਦੀ ਹੈ ਤਾਂ 30 ਫੁੱਟ ਦੀ ਡੂੰਘਾਈ 'ਤੇ ਆ ਕੇ ਬੱਚੀ ਅੜਕ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਇਸਦਾ ਰੈਸਕਿਊ ਕੀਤਾ ਜਾ ਰਿਹਾ ਪਰ ਹਾਲੇ ਤੱਕ ਇਸ ਨੂੰ ਬਾਹਰ ਨਹੀਂ ਕੱਢਿਆ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸਦੀਏ ਕਿ ਖੇਡਦੇ ਸਮੇਂ ਬੱਚੀ ਬੋਰਵੈਲ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ 'ਤੇ NDRF SDRF ਅਤੇ ਦੇਸੀ ਜੁਗਾੜ ਵਾਲੇ ਵੀ ਪਹੁੰਚੇ ਨੇ ਪਰ ਹਾਲੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਇਸ ਬੱਚੀ ਨੂੰ ਬਾਹਰ ਨਹੀਂ ਕੱਢਿਆ ਗਿਆ ਤਾਂ ਲਗਾਤਾਰ ਇਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ।